ਦੋਨੋਂ ਜਿਹੜੇ ਖੇਤੀਬਾੜੀ ਦੇ ਸੀਜ਼ਨ ਨੇ ਉਹਨਾਂ ਦੇ ਵਿੱਚ ਜਿਹੜੇ ਹਰੇ ਚਾਰੇ ਨੇ ਵੱਖੋ ਵੱਖਰੇ ਹੁੰਦੇ ਹੈਗੇ ਨੇ। ਰੱਬੀ ਸੀਜ਼ਨ ਦੇ ਵਿੱਚ ਜਿਹੜੇ ਪ੍ਰੋਟੀਨ ਵਾਲੇ ਚਾਰੇ ਨੇ ਉਹ ਹੈਗਾ ਬਰਸੀਮ, ਸ਼ਫਤਲ, ਲੂਸਣ, ਸੇਂਜੀ, ਅਤੇ ਜਿਹੜੇ ਗੈਰ ਫਲੀਦਾਰ ਨੇ ਚਾਰੇ ਉਹ ਹੈਗੇ ਨੇ ਜਵੀਂ ਅਤੇ ਰਾਈਕਾ। ਅਤੇ ਜੇ ਆਪਾਂ ਖਰੀਫ ਸੀਜ਼ਨ ਗਰਮੀਆਂ ਦੀ ਗੱਲ ਕਰੀਏ ਉਹਦੇ ਵਿੱਚ ਜਿਹੜੇ ਫਲੀਦਾਰ ਚਾਰੇ ਹੈਗੇ ਨੇ ਇੱਕ ਗਵਾਰਾ ਹੁੰਦਾ, ਇੱਕ ਹਰਵਾਂ ਹੈਗਾ। ਅਤੇ ਗਵਾਰਾ ਜ਼ਿਆਦਾ ਟਾਈਮ ਲੈਂਦਾ ਪੱਕਣ ਲਈ, ਇਸ ਲਈ ਆਪਾਂ ਉਹਦੀ ਅੱਜ ਕੱਲ੍ਹ ਸਿਫਾਰਿਸ਼ ਨਹੀਂ ਕਰਦੇ, ਪਰ ਹਰਵਾਂ ਜ਼ਰੂਰ ਵਿਕਣੇ ਚਾਹੀਦੇ ਨੇ। ਜਿਹੜੇ ਗੈਰ ਫਲੀਦਾਰ ਚਾਰੇ ਨੇ ਉਹ ਬਹੁਤ ਜ਼ਿਆਦਾ ਹੈਗੇ ਨੇ ਗਿਣਤੀ ਦੇ ਵਿੱਚ। ਉਹਦੇ ਵਿੱਚ ਮੱਕੀ ਆ, ਚਰੀ ਆ, ਬਾਜਰਾ ਏ, ਟੀਓਸਿੰਥ ਹੈ, ਫਿਰ ਆਪਣੇ ਸੁਡਾਨ ਕਾ ਹੈ, ਨੇਪੀਅਰ ਕਾ ਹੈ ਅਤੇ ਗਿੰਨੀ ਕਾ ਹੈ। ਸੋ ਇਹਨਾਂ ਚਾਰਿਆਂ ਦੇ ਵਿੱਚ ਵੀ ਆਪਾਂ ਨੇ ਇੱਕ ਭਰੀ ਗੈਰ ਫਲੀਦਾਰ ਚਾਰਿਆਂ ਦੀ ਅਤੇ ਇੱਕ ਭਰੀ ਫਲੀਦਾਰ ਚਾਰਿਆਂ ਦੀ ਪਾਣੀ ਆ। ਇਸ ਤਰੀਕੇ ਨਾਲ ਪਾਵਾਂਗੇ ਤਾਂ ਪਸ਼ੂਆਂ 'ਚ ਘਾਟ ਨਹੀਂ ਆਊਗੀ ਅਤੇ ਉਹ ਪਹਿਲਾ ਟੀਕਾ ਲਗਾਉਣ 'ਤੇ ਹੀ ਗੱਭਣ ਲੈ ਜਾਊਗੀ।